ਤਸਵੀਰਾਂ 'ਚ ਦੇਖੋ ਕਿਵੇਂ ਮੂੰਹ ਢੱਕ ਕੇ ਇਹ ਵਿਦੇਸ਼ੀ ਕੁੜੀਆਂ ਦੇ ਨਾਲ ਪੰਜਾਬੀ ਕੁੜੀਆਂ ਖੜੀਆਂ ਨੇ। ਇਹ ਕੁੜੀਆਂ ਦੇ ਵੱਲੋਂ ਸੈਕਸ ਰੈਕਟ ਚਲਾਇਆ ਜਾਂਦਾ ਸੀ। ਇਹਨਾਂ ਦਾ ਮੁਖੀ ਲਵਿਤ ਪੰਡਿਤ ਦੱਸਿਆ ਜਾ ਰਿਹਾ ਹੈ, ਜੋ ਕਿ ਫਗਵਾੜਾ ਦੇ ਵਿੱਚ ਧੜੱਲੇ ਦੇ ਨਾਲ ਇੱਕ PG ਚਲਾਉਂਦਾ ਸੀ ਅਤੇ ਉਸਦੇ ਅੰਦਰ ਸੈਕਸ ਰੈਕਟ ਚਲਾਉਂਦਾ ਸੀ। 13 ਕੁੜੀਆਂ ਅਤੇ 13 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੀ ਰਾਤ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ। ਲਗਾਤਾਰ ਪੁਲਿਸ ਦੇ ਖਬਰੀਆਂ ਦੇ ਵੱਲੋਂ ਇਹ ਸੂਚਨਾ ਪੁਲਿਸ ਤੱਕ ਆ ਰਹੀ ਸੀ ਕਿ ਇਸ ਇਲਾਕੇ ਦੇ ਵਿੱਚ ਗਲਤ ਕੰਮ ਚੱਲਦਾ ਹੈ, ਗਲਤ ਕੰਮ ਧੰਦਾ ਚਲਾਇਆ ਜਾਂਦਾ ਹੈ। 13 ਕੁੜੀਆਂ ਜਿਹੜੀਆਂ ਨੇ ਵਿਦੇਸ਼ ਤੋਂ ਲਿਆਈਆਂ ਗਈਆਂ ਨੇ। 13 ਦੇ ਵਿੱਚੋਂ 9 ਕੁੜੀਆਂ ਵਿਦੇਸ਼ ਤੋਂ ਇੱਥੇ ਆਈਆਂ ਨੇ। ਇਹ ਸਭ ਕੁਝ ਗਲਤ ਕੰਮ ਇੱਥੇ ਕਰਦੀਆਂ ਨੇ, ਕਿਸੇ ਤੋਂ 1000 ਅਤੇ ਕਿਸੇ ਤੋਂ 2000 ਰੁਪਏ ਚਾਰਜ ਕਰਦੀਆਂ ਨੇ। ਤਾਂ ਵੱਖ ਵੱਖ ਦੇਸ਼ਾਂ ਦੀਆਂ ਨੇ ਇਹ ਵਿਦੇਸ਼ੀ ਕੁੜੀਆਂ, ਪੁਲਿਸ ਨੇ ਗ੍ਰਿਫਤਾਰ ਕੀਤੀਆਂ ਨੇ। 13 ਮੁੰਡੇ ਵੀ ਇਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ, ਜਿਹੜੇ ਕਿ ਵਿੱਚ ਦਲਾਲ ਦੱਸੇ ਜਾ ਰਹੇ ਨੇ ਅਤੇ ਕੁਛ ਉੱਥੇ ਨੌਜਵਾਨ PG ਦੇ ਵਿੱਚ ਮੌਜੂਦ ਸਨ ਜਿਸ ਵੇਲੇ ਰੇਡ ਕੀਤੀ ਗਈ। ਤਾਂ ਪੁਲਿਸ ਦੇ ਖਬਰੀ ਨੇ ਸਾਰੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕਪੂਰਥਲਾ ਅਤੇ ਫਗਵਾੜਾ ਦੇ ਨੇੜੇ LPU ਯੂਨੀਵਰਸਿਟੀ, ਜੋ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ, ਉਸ ਦੇ ਨਾਲ ਗੇਟ ਹੈ ਅਤੇ ਗੇਟ ਦੇ ਨਾਲ ਹੀ ਇੱਕ PG ਬਣਿਆ ਹੋਇਆ ਹੈ, ਜਿੱਥੇ ਦੇਰ ਰਾਤ ਪੁਲਿਸ ਨੇ ਰੇਡ ਮਾਰੀ। ਰੇਡ ਮਾਰਨ 'ਤੇ ਪੁਲਿਸ ਦੇ ਵੱਲੋਂ 13 ਕੁੜੀਆਂ, ਜਿਨ੍ਹਾਂ ਦੇ ਵਿੱਚੋਂ 9 ਵਿਦੇਸ਼ੀ ਕੁੜੀਆਂ ਨੇ, ਅਤੇ 13 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਦੇਸ਼ੀ ਕੁੜੀਆਂ ਇੱਥੇ ਸੈਕਸ ਰੈਕਟ ਚਲਾ ਰਹੀਆਂ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਹਨਾਂ ਦਾ ਜਿਹੜਾ ਮੁਖੀ ਹੈ ਉਹ ਲਵਿਤ ਪੰਡਿਤ ਹੈ, ਉਹ ਇੱਕ PG ਦਾ ਓਨਰ ਹੈ। PG ਦੇ ਨਾਮ 'ਤੇ ਉਹ ਸੈਕਸ ਰੈਕਟ ਚਲਾ ਰਿਹਾ ਸੀ ਫਗਵਾੜਾ ਦੇ ਵਿੱਚ ਧੜੱਲੇ ਦੇ ਨਾਲ, ਜਿਸ ਤੋਂ ਬਾਅਦ ਪ੍ਰਾਈਵੇਟ ਯੂਨੀਵਰਸਿਟੀ ਦੇ ਨੇੜੇ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ PG ਅੰਦਰ ਰੇਡ ਮਾਰੀ ਗਈ ਅਤੇ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਕੁੜੀਆਂ ਯੂਨੀਵਰਸਿਟੀ ਦੇ ਗੇਟ ਕੋਲ ਖੜ ਕੇ ਵਿਦਿਆਰਥੀਆਂ ਨੂੰ ਬਹਿਲਾਉਂਦੀਆਂ ਸੀ, ਫਸਲਾਉਂਦੀਆਂ ਸੀ, ਇਸ਼ਾਰੇ ਕਰਦੀਆਂ ਸੀ ਅਤੇ ਆਪਣੇ ਨਾਲ ਖਿੱਚ ਕੇ ਲੈ ਜਾਂਦੀਆਂ ਸੀ, ਜਿਸ ਤੋਂ ਬਾਅਦ ਕਈ ਵਿਦਿਆਰਥੀ ਵੀ ਇਸ ਧੰਦੇ ਦਾ ਸ਼ਿਕਾਰ ਹੋਏ ਨੇ। ਕਿਸੇ ਦੇ ਕੋਲੋਂ 1000 ਰੁਪਏ ਅਤੇ ਕਿਸੇ ਦੇ ਕੋਲੋਂ 2000 ਚਾਰਜ ਕਰਦੀਆਂ ਸੀ ਕੁੜੀਆਂ। ਤਾਂ ਦੇਖ ਸਕਦੇ ਹੋ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ, ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਲ ਹੀ 13 ਮੁੰਡੇ ਵੀ ਗ੍ਰਿਫਤਾਰ ਕੀਤੇ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਮੂੰਹ ਢੱਕ ਕੇ ਇਹ ਨੌਜਵਾਨ ਜਿਹੜੇ ਥੱਲੇ ਬੈਠੇ ਹੋਏ ਨੇ, ਇਹ ਵੀ ਇਸੇ ਰੈਕਟ ਦਾ ਸ਼ਿਕਾਰ ਨੇ ਅਤੇ ਇਸੇ ਰੈਕਟ ਦੇ ਪੂਰੇ ਹਿੱਸੇਦਾਰ ਨੇ। ਅਤੇ ਇਹ ਕੁੜੀਆਂ ਪਿੱਛੇ ਦੇਖ ਰਹੀਆਂ ਹੋਣਗੀਆਂ ਤੁਹਾਨੂੰ, ਪੁਲਿਸ ਵਾਲਿਆਂ ਦੇ ਨਾਲ ਖੜੀਆਂ ਹੋਈਆਂ, ਇਹ ਉਹੀ ਕੁੜੀਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਗਲਤ ਕੰਮ ਕੀਤਾ ਜਾਂਦਾ ਸੀ। PG ਦੇ ਕਮਰਿਆਂ ਦੀ ਆੜ ਦੇ ਵਿੱਚ ਗਲਤ ਧੰਦਾ ਚਲਾਇਆ ਜਾਂਦਾ ਸੀ। ਇਹਨਾਂ ਦਾ ਮੁਖੀ ਲਵਿਤ ਪੰਡਿਤ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਖੁਫੀਆ ਸੂਤਰਾਂ ਦੇ ਮੁਤਾਬਕ ਇਹ ਧੜੱਲੇ ਦੇ ਨਾਲ ਸੈਕਸ ਰੈਕਟ ਚਲਾ ਰਿਹਾ ਸੀ ਅਤੇ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹੈ।